ਪਹਿਲਾਂ ਤੁਸੀਂ ਦੱਸੋ ਤੁਸੀਂ ਇੱਕ ਕਾਨੂੰਨ ਦਾ ਨਾਮ ਦੱਸੋ ਤੁਸੀਂ ਇੱਕ ਮਿੰਟ ਤੁਸੀਂ ਇੱਕ ਕਾਨੂੰਨ ਦਾ ਨਾਮ ਦੱਸਣ ਦੀ ਲੋੜ ਨਹੀਂ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਸੀਂ ਵੀ ਦੱਸੋ ਮੈਂ ਵੀ ਦੱਸਦਾ ਇੱਕ ਦੱਸੋ ਜਿੰਨੇ ਮੈਂ ਕਹਿੰਦਾ ਤੁਸੀਂ ਕਰੋ ਸ਼ੁਰੂਆਤ ਕਰੋ ਤੁਸੀਂ ਕਰੋ ਜੇ ਤੁਹਾਨੂੰ ਜਾਣਕਾਰੀ ਹੈ ਤੁਸੀਂ ਦੇਸ਼ ਦਾ ਚੌਥਾ ਸਤੰਭ ਮੰਨੇ ਗਏ ਹੋ ਤੁਸੀਂ ਸ਼ੁਰੂਆਤ ਕਰੋ ਮੈਂ ਤੁਹਾਨੂੰ ਦੱਸ ਦਿੰਦਾ ਅਸੈਂਸ਼ੀਅਲ ਕਮੋਡਿਟੀ ਐਕਟ ਦੂਜੇ ਬਿੱਲ ਦਾ ਨਾਮ ਤੁਸੀਂ ਦੱਸੋ ਮੈਂ ਤੁਹਾਨੂੰ ਮੈਂ ਕਰਤੀ ਸ਼ੁਰੂਆਤ ਤੁਸੀਂ ਦੱਸੋ ਦੋ ਮੈਂ ਤਿੰਨ ਚੋਂ ਇੱਕ ਦੱਸਦਾ ਹੁਣ ਬਾਕੀ ਦੋ ਤੁਸੀਂ ਦੱਸੋ ਬਿੱਲ ਦੇ ਨਾਂ ਨਹੀਂ ਪਤਾ ਬਿਲਕੁਲ ਪਤਾ ਦੱਸ ਦੋ ਨਾ ਮੈਂ ਇੱਕ ਦੱਸਦਾ ਦੋ ਦੱਸ ਦੋ ਬਾਕੀ ਮੇਰੀ ਬੇਨਤੀ ਸੀ ਕਿ ਤੁਸੀਂ ਸ਼ੁਰੂਆਤ ਕਰੋ ਬਾਕੀ ਦੋ ਤੁਸੀਂ ਦੱਸ ਦੋ ਕਾਨੂੰਨ ਸਹੀ ਨੇ ਕਾਨੂੰਨ ਸਹੀ ਹੈ ਨਾਮ ਕੀ ਹੈ ਕਾਨੂੰਨ ਦਾ ਐਮ ਐਸ ਪੀ ਉਹ ਇੱਕ ਮਿੰਟ ਪੂਰੇ ਤਿੰਨ ਬਿੱਲ ਨੇ ਨਾ ਤਿੰਨਾਂ ਦੇ ਨਾਮ ਦੱਸੋ ਇੱਕ ਇੱਕ ਕਰਕੇ ਇੱਕ ਐਮ ਐਸ ਮਤਲਬ ਮੈਨੂੰ ਪਤਾ ਦੱਸੋ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ ਇਹ ਕਿਆ ਮੈਂ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ ਮਿੱਟੂ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ ਉੱਥੇ ਦਿੱਲੀ 'ਚ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਅੱਤਵਾਦੀ ਕਹਿਣਾ ਬੀਜੇਪੀ ਵੱਲੋਂ ਉਹ ਸਹੀ ਹੈ ਉਹਨਾਂ ਨੂੰ ਅੱਤਵਾਦੀ ਕਹੇ ਜਾ ਰਹੇ ਕਿਸਾਨਾਂ ਦੇ ਨਾਲ ਸਾਡੀ ਪੂਰੀ ਹਮਦਰਦੀ ਤਾਂ ਦੇਖ ਸਕਦੇ ਹੋ ਤੁਸੀਂ ਇੱਥੇ ਇਕੱਠੇ ਹੋਏ ਹੋਏ ਨੇ ਸਾਰੇ ਕਈ ਸ਼੍ਰੀਮਾਨ ਵਿਜੇ ਸਾਪਲਾ ਜੀ ਨੂੰ ਬਿੱਟੂ ਦੇ ਹੱਕ ਦੇ ਵਿੱਚ ਨਾਰਾ ਲਗਾ ਰਹੇ ਹੋ ਬਿੱਟੂ ਦੇ ਹੱਕ ਚ ਨਾਰਾ ਲਗਾ ਰਹੇ ਹੋ ਬਿੱਟੂ ਦੇ ਹੱਕ ਚ ਕਿਸੇ ਨੇ ਨਹੀਂ ਕਿੰਨੇ ਕਿਹਾ ਸੀ ਬਿੱਟੂ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ ਇਹ ਕਿਹਾ ਮੈਂ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ ਬਿੱਟੂ ਤੇਰੀ ਸੋਚ ਤੇ ਜੁੱਤੀਆਂ ਮਾਰਾਂਗੇ ਠੋਕ ਕੇ ਦੇਖ ਸਕਦੇ ਹੋ ਨਿਕੰਮਾ ਐਮਪੀ ਜੀ ਹਾਂ ਪੰਜਾਬ ਨੂੰ ਜਿਹੜਾ ਮਿਲਿਆ ਲੁਧਿਆਣੇ ਨੂੰ ਜਿਹੜਾ ਮਿਲਿਆ ਬੇੜਾ ਗਰਗ ਕਰਕੇ ਰੱਖਤਾ ਇਹਨੇ ਲੁਧਿਆਣੇ ਦਾ ਇਹਨੇ 84 ਦੇ ਵਿੱਚ ਸਿੱਖ ਭਾਈਚਾਰੇ ਦਾ ਵੀ ਨੁਕਸਾਨ ਕੀਤਾ ਔਰ ਇਹ ਹੁਣ ਸਾਰੇ ਹੀ ਸਮਾਜ ਦਾ ਨੁਕਸਾਨ ਕਰ ਰਿਹਾ ਹੈ ਇਹਦੇ ਵਰਗਾ ਗਦਾਰ ਐਮਪੀ ਹੈ ਜਿਹੜਾ ਇਹਨੂੰ ਤਾਂ ਇਸ ਦੇਸ਼ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਅਜਿਹੀ ਜਿਹੜੀ ਹੈ ਇਹਦੀ ਸੋਚ ਹੈ ਇੰਨੀ ਮਾੜੀ ਸੋਚ ਹੈ ਜਿਹੜਾ ਕਹਿ ਰਿਹਾ ਪੰਜਾਬ ਦੇ ਵਿੱਚ ਲਾਸ਼ਾਂ ਵਿਛਾ ਦੇਵਾਂਗੇ ਅਮਨ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਕਿ ਕੁਰਬਾਨੀਆਂ ਦੇਵਾਂਗੇ ਉੱਥੇ ਕਿਸਾਨ ਵੀ ਜਿਹੜੇ ਆ ਉਹ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਵਿਰੋਧ ਜਤਾਉਣ ਦੇ ਲਈ ਆਤਮ ਹੱਤਿਆ ਤੱਕ ਕਰ ਰਹੇ ਨੇ ਕਿਸਾਨਾਂ ਦੇ ਨਾਲ ਸਾਡੀ ਪੂਰੀ ਸਹਿਮਤੀ ਹੈ ਕਿਸਾਨਾਂ ਨੇ ਬਿਲਕੁਲ ਕਿਹਾ ਹੈ ਵੀ ਕੋਈ ਵੀ ਰਾਜਨੀਤਿਕ ਪਾਰਟੀ ਆ ਕੇ ਸਾਡਾ ਸਾਥ ਨਾ ਦੇਵੇ ਲੇਕਿਨ ਇਹ ਬੰਦਾ ਮਾਹੌਲ ਖਰਾਬ ਕਰਨ ਨੂੰ ਕਿਉਂਕਿ ਇਹ ਜਿਹੜਾ ਸਭ ਤੋਂ ਵੱਡਾ ਸਿੱਖਾਂ ਦਾ ਦੁਸ਼ਮਣ ਜਿਹੜਾ ਮੰਨਿਆ ਗਿਆ ਉਹ ਰਵਨੀਤ ਸਿੰਘ ਬਿੱਟੂ ਹੈ ਇਹਦੇ ਦਾਦੇ ਨੇ ਕਤਲੇਆਮ ਕਰਾਇਆ ਔਰ ਉਹੀ ਪ੍ਰਤੀਕਿਰਿਆ ਜਿਹੜੀ ਇਹ ਦੁਬਾਰਾ ਦੁਹਰਾਉਣਾ ਚਾਹੁੰਦਾ ਕਿਸਾਨ ਅੰਦੋਲਨ ਤੇ ਰੋ ਕਿਸਾਨ ਅੰਦੋਲਨ ਦਾ ਹੱਲ ਕਿਉਂ ਨਹੀਂ ਨਿਕਲ ਰਿਹਾ ਕਿਸਾਨ ਦਾ ਬਿਲਕੁਲ ਜੀ ਗੱਲ ਹੋਈ ਹੈ ਉਹਨਾਂ ਦੀ ਔਰ 4 ਤਰੀਕ ਨੂੰ ਜਿਹੜੀ ਉਹ ਦੁਬਾਰਾ ਗੱਲਬਾਤ ਚੱਲ ਰਹੀ ਹੈ ਜੀ ਤੇ ਜਿਹੜੇ ਉੱਥੇ ਦਿੱਲੀ 'ਚ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਅੱਤਵਾਦੀ ਕਹਿਣਾ ਬੀਜੇਪੀ ਵੱਲੋਂ ਉਹ ਸਹੀ ਹੈ ਕਈ ਲੀਡਰਾਂ ਨੇ ਕਿਹਾ ਉਹਨਾਂ ਨੂੰ ਅੱਤਵਾਦੀ ਨਹੀਂ ਕਿਹਾ ਜਾ ਰਿਹਾ ਜਿਹੜੇ ਕਿਸਾਨੀ ਰੂਪ ਧਾਰਨ ਕਰਕੇ ਉੱਥੇ ਅੱਤਵਾਦੀ ਨਾਰੇ ਲਗਾ ਰਹੇ ਨੇ ਉਹਨਾਂ ਨੂੰ ਅੱਤਵਾਦੀ ਕਹੇ ਜਾ ਰਹੇ ਕਿਸਾਨਾਂ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ ਬਿੱਟੂ ਦਾ ਹੀ ਬਿਆਨ ਹੈ ਐਸੇ ਕਿ ਉੱਥੇ ਖਾਲਿਸਤਾਨੀ ਬੈਠੇ ਹੋਏ ਆ ਇਹ ਉਹਨਾਂ ਦਾ ਬਿਆਨ ਹੈ ਉਹਨਾਂ ਤੋਂ ਪੁੱਛੋ ਸਾਡੇ ਲੀਡਰ ਕੋਈ ਨਹੀਂ ਅੱਤਵਾਦੀ ਕਹਿੰਦੇ ਕਿਸਾਨਾਂ ਨੂੰ ਕਿਸਾਨਾਂ ਦਾ ਤਰਨਾ ਜਾਇਜ਼ ਹੈ ਪਰ ਜਿਹੜੀ ਬਿੱਟੂ ਨੇ ਗਲਤ ਬਿਆਨਬਾਜ਼ੀ ਕੀਤੀ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਖੇਤੀ ਬਿੱਲ ਨੇ ਉਹ ਸਹੀ ਹੈ ਕਿਸਾਨਾਂ ਦੇ ਹੱਕ 'ਚ ਨੇ ਉਹ ਖੇਤੀ ਬਿੱਲ ਲਈ ਸਰਕਾਰ ਤੇ ਕਿਸਾਨ ਉਹਨਾਂ ਦਾ ਆਪਸ ਵਿੱਚ ਡਿਸਕਸ ਚੱਲ ਰਿਹਾ ਕੁਝ ਮੁੱਦਿਆਂ ਤੇ ਕਾਨੂੰਨ ਤੁਹਾਡੇ ਹਿਸਾਬ ਨਾਲ ਸਹੀ ਨੇ ਕਾਨੂੰਨ ਕੋਈ ਵੀ ਬੰਦ ਹੈ ਸਾਡੇ ਲਈ ਤਾਂ ਮੇਰੀ ਗੱਲ ਸੁਣੋ ਕੋਈ ਪ੍ਰਧਾਨ ਮੰਤਰੀ ਹੈ ਉਹ ਕੀ ਗਲਤ ਕਰੂਗਾ ਕਿਸਾਨਾਂ ਨਾਲ ਕਾਨੂੰਨ ਸਹੀ ਨੇ ਕਾਨੂੰਨ ਸਹੀ ਹੈ ਨਾਮ ਕੀ ਹੈ ਕਾਨੂੰਨ ਦਾ ਐਮ ਐਸ ਪੀ ਉਹ ਇੱਕ ਮਿੰਟ ਕ੍ਰਿਸ਼ੀ ਸੰਸ਼ੋਧਨ ਬਿੱਲ ਪੂਰੇ ਤਿੰਨ ਬਿੱਲ ਨੇ ਨਾ ਤਿੰਨਾਂ ਦੇ ਨਾਮ ਦੱਸੋ ਇੱਕ ਇੱਕ ਕਰਕੇ ਇੱਕ ਐਮ ਐਸ ਮਤਲਬ ਤਿੰਨ ਕਾਨੂੰਨ ਪਾਸ ਕੀਤੇ ਨੇ ਬੀਜੇਪੀ ਨੇ ਤਿੰਨਾਂ ਦਾ ਇੱਕ ਇੱਕ ਕਰਕੇ ਨਾਮ ਦੱਸੋ ਤਿੰਨਾਂ ਦੇ ਤਿੰਨ ਤੁਸੀਂ ਨਾਮ ਦੱਸੋ ਮੇਰੀ ਗੱਲ ਸੁਣੋ ਉਹੀ ਕਾਨੂੰਨ ਦੀ ਜਾਣਕਾਰੀ ਮੇਰੀ ਬੇਨਤੀ ਸੁਣੋ ਉਹੀ ਕਾਨੂੰਨ ਦੀ ਜਾਣਕਾਰੀ ਕਾਰਨ ਅੱਜ ਜਿਹੜੀ ਹੈ ਮੀਟਿੰਗ ਅਟੈਂਡ ਕੀਤੀ ਜਾ ਰਹੀ ਹੈ ਅੱਛਾ ਮਤਲਬ ਤੁਹਾਨੂੰ ਪਹਿਲਾਂ ਜਾਣਕਾਰੀ ਨਹੀਂ ਸੀ ਬਿਲਕੁਲ ਹੈਗੀ ਜਾਣਕਾਰੀ ਮੇਰੀ ਗੱਲ ਤਿੰਨ ਕਿਸਾਨ ਆ ਪਹਿਲਾਂ ਨਾਮ ਦੱਸੋ ਮੇਰੀ ਗੱਲ ਦੱਸੋ ਕਿਸਾਨ ਜਿਹੜੀ ਨਾਮ ਪਤਾ ਮੇਰੀ ਗੱਲ ਮੇਰੀ ਗੱਲ ਨਾਮ ਪਤਾ ਤੁਹਾਨੂੰ ਪਤਾ ਮੈਨੂੰ ਪਤਾ ਦੱਸੋ ਪਹਿਲਾਂ ਤੁਸੀਂ ਦੱਸੋ ਤੁਸੀਂ ਇੱਕ ਕਾਨੂੰਨ ਦਾ ਨਾਮ ਦੱਸੋ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਸੀਂ ਵੀ ਦੱਸੋ ਮੈਂ ਵੀ ਦੱਸਦਾ ਇੱਕ ਦੱਸੋ ਜਿੰਨੇ ਮੈਂ ਕਹਿੰਦਾ ਤੁਸੀਂ ਕਰੋ ਸ਼ੁਰੂਆਤ ਕਰੋ ਤੁਸੀਂ ਕਰੋ ਜੇ ਤੁਹਾਨੂੰ ਜਾਣਕਾਰੀ ਹੈ ਤੁਸੀਂ ਦੇਸ਼ ਦਾ ਚੌਥਾ ਸਤੰਭ ਮੰਨੇ ਗਏ ਹੋ ਤੁਸੀਂ ਸ਼ੁਰੂਆਤ ਕਰੋ ਮੈਂ ਤੁਹਾਨੂੰ ਦੱਸ ਦਿੰਦਾ ਅਸੈਂਸ਼ੀਅਲ ਕਮੋਡਿਟੀ ਐਕਟ ਦੂਜੇ ਬਿੱਲ ਦਾ ਨਾਮ ਤੁਸੀਂ ਦੱਸੋ ਮੈਂ ਤੁਹਾਨੂੰ
करती शुरुआत, मैं करती शुरुआत, तुसी दसो दो, मैं तीन चो एक दसदा हूँ, बाकी दो तुसी दसो। पहला तुसी मेरी बेनती सुनो, किसान जिहड़ा है वह जिथे मर्जी अपनी जिहड़ी फसल बेच सकदा है, उहदे विचों ना दस दो, उहदे विचों बिचौलियां नूं, मेरी गल सुनो, हुण तुसी हो, हुण तुसी हो, तुसी एक चंगा काम कर रहे हो, मैं ये कहूँगा भी ये भाई साहब चंगा काम कर रहे हैं, जे मैनू तुहाडा नाम नहीं पता तो इहदे विच कोई वड्डी गल नहीं है, मैं तुहानूं सिर्फ इन्ना दसना चाह रहा भी जिहड़ी उहदे विच सहूलत जिहड़ी किसान भाईचारे नूं दित्ती जा रही है उहदे बारे मैं तुहाडे नाल गल कर रहा। नहीं मतलब किस बिल दे नाम नहीं पता, बिल्कुल पता, दस दो ना, मैं एक दसदा दो दस दो, बाकी मेरी बेनती सी कि तुसी शुरुआत करो, बाकी दो तुसी दस दो, जिहड़ियां उहदे विच, जिहड़ियां उहदे विच सुविधावां, बिलां दे नाम, बिलां दे नाम, बिलां दे नाम, मैं तुहानूं इह दस रिहा जिहड़े किसानां दे लाभ दे जिहड़ियां चीज़ां ने उहदे विच तुहानूं मैं दस रिहा वां, तां तुसी देख सकदे हो कि इत्थे किस तरह लोक जिहड़े इकट्ठे होए ने, पर इहनां नूं बिलां दे नां तक नहीं पता, अते कई जिहड़े इत्थे लोक आए ने जिहड़े आ तुसी नौजवान देख रहे हो कि चाह लंगर छक रहे ने, ब्रैडा छक रहे ने, इहनां नूं इह वी नहीं पता है की करना है, कोई कहिंदा कि सानूं इत्थे किसे ने झंडा फड़ा दित्ता, असीं वैसे ही इत्थे आए हां देखण आए हां, तो यह सब इतने चल रहा, तस्वीरें तुम खुद देखिया ने, बयान तुम खुद सुने ने, तो वधेरे अपडेट से सानू जुड़े रहो लुधियाना तो, सरमजीत सिंह कैमरामैन सतवंत मठौड़ के नाल लुधियाना टाइम्स। वधेरे जानकारी लई सबसक्राइब करो साडा यूट्यूब चैनल पब्लिक टाइम्स, नोटिफिकेशन लई बेल आइकन ते क्लिक करना ना भुलो।